स्टूडेंट्स, पंजाब पटवारी, पंजाब पुलिस, इनकम टैक्स इंस्पैक्टर, इस जिहड़े सारे एग्जाम्स पंजाब दे होण वाले हन, इन्हां दे लई असीं करंट अफेयर्स दी जिहड़ी सीरीज़ स्टार्ट कीती हुई है वीडियोज़ दी, उस सीरीज़ दे विच इह जिहड़ी वीडियो असीं नवीं लैके आए हैं, इह वीडियोज़ है इंटरनेशनल अफेयर्स दे उत्ते, जिहड़ी कि करंट अफेयर्स दे नाल संबंधित जिहड़े इंटरनेशनल जां अंतरराष्ट्री मसले हन उन्हां दे उपर इह तुहानूं वीडियो दित्ती जा रही है। तां इस सीरीज़ दे विच इंटरनेशनल अफेयर्स दे विच जिहड़ा असीं पहला करंट अफेयर कवर कीता है ਉਹ ਹੈ ਯਮਨ ਸਿਵਲ ਵਾਰ ਦੇ ਨਾਲ ਸੰਬੰਧਿਤ। ਯਮਨ ਸਿਵਲ ਵਾਰ ਨੂੰ ਜਾਣਨ ਤੋਂ ਪਹਿਲਾਂ ਆਪਾਂ ਯਮਨ ਦੇ ਬਾਰੇ ਜਾਣਦੇ ਹਾਂ। ਯਮਨ ਇੱਕ ਅਰਬ ਕੰਟਰੀ ਹੈ, ਇੱਕ ਅਰਬ ਦੇਸ਼ ਹੈ, ਯਾਨੀ ਕਿ ਮੱਧ ਪੂਰਵ ਏਸ਼ੀਆ ਦੇ ਵਿੱਚ ਜਿਹੜਾ ਇਹ ਦੇਸ਼ ਪੈਂਦਾ ਹੈ, ਇਹਦੇ ਲਾਗੇ ਛਾਗੇ ਜਿਹੜੇ ਦੇਸ਼ ਪੈਂਦੇ ਹਨ ਉਹ ਮੇਨਲੀ ਸਭ ਤੋਂ ਵੱਡਾ ਦੇਸ਼ ਸਾਊਦੀ ਅਰੇਬੀਆ, ਫਿਰ ਓਮਾਨ, ਈਰਾਨ, ਇਹ ਸਾਰੇ ਦੇਸ਼ ਉਸੇ ਬੈਲਟ ਦੇ ਵਿੱਚ ਪੈਂਦੇ ਹਨ ਜਿੱਥੇ ਕਿ ਇਹ ਦੇਸ਼ ਹੈ, ਤੇ ਅਰਬ ਪੈਨਿਨਸੁਲਾ ਦੇ ਵਿੱਚ ਇਹ ਦੇਸ਼ ਪੈ ਰਿਹਾ ਹੈ ਯਮਨ। ਇਹ ਜਿਹੜਾ ਦੇਸ਼ ਹੈ ਇਸ ਟਾਈਮ ਗ੍ਰਹਿ ਯੁੱਧ ਦੇ ਵਿੱਚ ਘਿਰਿਆ ਹੋਇਆ ਹੈ, ਤੇ ਯੂਨਾਈਟਿਡ ਨੇਸ਼ਨਸ ਨੇ ਹੁਣੇ ਰੀਸੈਂਟਲੀ ਕਿਹਾ ਹੈ ਕਿ ਦੁਨੀਆ ਦਾ ਸਭ ਤੋਂ ਵੱਡਾ ਜਿਹੜਾ ਕਿ ਮਾਨਵੀ ਹੈ ਪ੍ਰੋਬਲਮ, ਹਿਊਮੈਨੀਟੇਰੀਅਨ ਕ੍ਰਾਈਸਿਸ ਜਿਹੜਾ ਹੈ, ਮਾਨਵੀ ਸੰਕਟ ਇੱਥੇ ਖੜਾ ਹੋ ਗਿਆ ਹੈ, ਯਾਨੀ ਕਿ ਇੱਥੋਂ ਦੇ ਲੋਕਾਂ ਦੀ ਜਿਹੜੀ ਸਥਿਤੀ ਹੈ ਉਹ ਬਹੁਤ ਜ਼ਿਆਦਾ ਖਰਾਬ ਹੁੰਦੀ ਜਾ ਰਹੀ ਹੈ ਇਸ ਗ੍ਰਹਿ ਯੁੱਧ ਦੇ ਕਰਕੇ। ਇਸ ਗ੍ਰਹਿ ਯੁੱਧ ਦੇ ਬਾਰੇ ਆਪਾਂ ਥੋੜ੍ਹਾ ਜਿਹਾ ਜਾਣਨਾ ਚਾਹਾਂਗੇ ਕਿ ਇਹ ਹੈ ਕੀ। ਯਮਨ ਸਿਵਲ ਵਾਰ ਦੀ ਜਿਹੜੀ ਸ਼ੁਰੂਆਤ ਹੈ, ਜਿਹੜਾ ਉਹਦਾ ਓਰੀਜਨ ਹੈ, ਉਹ ਆਪਾਂ ਕਹਿ ਸਕਦੇ ਹਾਂ ਕਿ ਅਰਬ ਸਪਰਿੰਗ ਸਾਲ 2011 ਦੇ ਵਿੱਚ, ਜਿਹੜਾ ਅਰਬ ਸਪਰਿੰਗ ਇੱਕ ਇਹੋ ਜਿਹੀ ਮੂਵਮੈਂਟ ਹੋਈ, ਇੱਕ ਇਹੋ ਜਿਹਾ ਰੈਬੀਲੀਅਨ, ਇੱਕ ਵਿਦਰੋਹ ਹੋਇਆ ਉੱਥੋਂ ਦੇ ਆਮ ਲੋਕਾਂ ਦੇ ਦੁਆਰਾ, ਉਹਨਾਂ ਅਰਬ ਦੇਸ਼ਾਂ ਦੇ ਆਮ ਲੋਕਾਂ ਦੇ ਦੁਆਰਾ, ਜਿਹੜੇ ਕਿ ਉੱਥੋਂ ਦੇ ਐਗਜ਼ਿਸਟਿੰਗ ਸੱਤਾਧਾਰੀਆਂ ਤੋਂ ਤੰਗ ਆ ਚੁੱਕੇ ਸਨ, ਚਾਹੇ ਉਹ ਕਰਪਸ਼ਨ ਦੇ ਚਾਰਜਸ ਹੋਣ ਜਾਂ ਫਿਰ ਉਹ ਮੈਲ ਐਡਮਿਨਿਸਟ੍ਰੇਸ਼ਨ ਹੋਵੇ, ਕਿ ਉਹਨਾਂ ਨੂੰ ਜਿਹੜਾ ਆਮ ਲੋਕਾਂ ਦੇ ਉੱਪਰ ਜਿਹੜਾ ਰਾਜ ਬਹੁਤ ਗਲਤ ਤਰੀਕੇ ਨਾਲ ਉਹ ਰਾਜ ਕਰ ਰਹੇ ਸਨ, ਜਾਂ ਆਮ ਲੋਕਾਂ ਦੀ ਜਿਹੜੀ ਤਰੱਕੀ ਵਾਸਤੇ ਕੁਝ ਨਹੀਂ ਕਰ ਰਹੇ ਸਨ, ਉਹਦੇ ਕਰਕੇ ਉੱਥੋਂ ਦੇ ਲੋਕਾਂ ਨੇ ਵਿਦਰੋਹ ਕੀਤਾ, ਤੇ ਇਸ ਵਿਦਰੋਹ ਨੂੰ ਅਰਬ ਸਪਰਿੰਗ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਹ ਅਰਬ ਸਪਰਿੰਗ ਜਿਹੜਾ ਹੈ ਸਾਲ 2011 ਦੇ ਵਿੱਚ ਸ਼ੁਰੂ ਹੋਇਆ, ਜਿਹਦੇ ਵਿੱਚ ਬਹੁਤ ਸਾਰੇ ਅਰਬ ਦੇਸ਼ ਜਿਹੜੇ ਇਹਦੇ ਵਿੱਚ ਸ਼ਾਮਿਲ ਹੋ ਗਏ, ਤੇ ਜਿਹੜੀ ਅਰਬ ਸਪਰਿੰਗ ਨਾਮ ਦੀ ਇਹ ਮੂਵਮੈਂਟ ਸੀ, ਜਿਹੜਾ ਇਹ ਵਿਦਰੋਹ ਸੀ, ਇਹ ਸਭ ਤੋਂ ਪਹਿਲਾਂ ਟੁਨੀਸ਼ੀਆ ਨਾਮ ਦੇ ਦੇਸ਼ ਦੇ ਵਿੱਚ ਸ਼ੁਰੂ ਹੋਇਆ, ਤੇ ਫਿਰ ਹੋਰ ਦੂਸਰੇ ਅਰਬ ਦੇਸ਼ਾਂ ਦੇ ਵਿੱਚ ਫੈਲ ਗਿਆ, ਜਿਹਦੇ ਵਿੱਚ ਯਮਨ ਵੀ ਇੱਕ ਦੇਸ਼ ਹੈ। ਉਹਦੇ ਹੀ ਨਤੀਜੇ ਵਜੋਂ ਜਿਹੜਾ ਯਮਨ ਦੇਸ਼ ਹੈ ਉਹ ਇੱਕ ਗ੍ਰਹਿ ਯੁੱਧ ਦੇ ਵਿੱਚ ਫਸ ਗਿਆ, ਤੇ ਉਹ ਗ੍ਰਹਿ ਯੁੱਧ ਜਿਹੜਾ ਹੈ ਹੁਣ ਆਪਦੇ ਚਰਮ ਤੇ ਪਹੁੰਚਿਆ ਹੋਇਆ ਹੈ, ਤੇ ਉਹਦੇ ਕਰਕੇ ਹੀ ਇਹ ਜਿਹੜਾ ਦੇਸ਼ ਹੈ ਸਾਲ 2023 ਦੇ ਵਿੱਚ ਨਿਊਜ਼ ਦੇ ਵਿੱਚ ਬਣਿਆ ਹੋਇਆ ਹੈ।